ਤੁਸੀਂ ਦੇਖ ਰਹੇ ਹੋ ਜੀ ਆਪਣਾ ਫਤੂਰ ਇੰਟਰਨੈਸ਼ਨਲ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸलाम ਨਮਸਕਾਰ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੇ ਅਜੇ ਤੱਕ ਨਹੀਂ ਕੀਤਾ ਤੇ ਵੀਡੀਓ ਅਗਰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਚਲਦੇ ਹਾਂ ਅੱਜ ਦੀਆਂ ਆਪਣੀਆਂ ਨਿਊਜ਼ ਦੇ ਉੱਤੇ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਜ਼ਿਆਦਾ ਖਬਰਾਂ ਜਿਹੜੀਆਂ ਇਟਾਲੀਆ ਦੇ ਨਾਲ ਸਬੰਧਿਤ ਦਿੱਤੀਆਂ ਜਾਣ ਬਾਕੀ ਇਟਲੀ ਦੇ ਵਿੱਚ ਜਿਹੜਾ ਅੱਜ ਦਾ ਹਸਾਬਤਾ ਵੇਖ ਜੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਬਲਿਟਨ ਹੈ ਅੱਜ ਦਾ ਪੀਕ ਦੇ ਉੱਤੇ ਪਹੁੰਚ ਚੁੱਕਾ ਹੈ ਮਤਲਬ ਕਿ 2021 ਦੇ ਵਿੱਚ ਇਹੋ ਜੀ ਸਥਿਤੀ ਕਦੀ ਵੀ ਨਹੀਂ ਬਣੀ ਜਿਹੜੀ ਅੱਜ ਬਣ ਚੁੱਕੀ ਹੈ 30798 ਕੇਸ ਇਟਲੀ ਦੇ ਵਿੱਚ ਆਇਆ ਹੈ 30798 ਕੇਸ ਬਹੁਤ ਹੀ ਜ਼ਿਆਦਾ ਹੁੰਦਾ ਹੈ ਤੇ ਇਟਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇੰਨਾ ਜ਼ਿਆਦਾ ਕੇਸ ਆਇਆ ਹੈ ਬਾਕੀ ਜਿਹੜੇ ਟੈਂਪੋਨੀ ਵੀ ਬਹੁਤ ਜ਼ਿਆਦਾ ਕੀਤੇ ਹਨ 852865 ਲੋਕਾਂ ਦੀ ਟੈਸਟ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ 100 ਦੇ ਪਿੱਛੇ 3.6 ਦੀ ਜਿਹੜੀ ਤਾਸੂ ਦੀ ਪੋਜ਼ਿਟਿਵ ਤਾਂ ਆਈ ਹੈ ਬਾਕੀ ਜਿੰਨਾਂ ਲੋਕਾਂ ਦੀ ਮੌਤ ਹੋਈ ਹੈ 153 ਉਹਨਾਂ ਦੀ ਗਿਣਤੀ ਬਣਦੀ ਹੈ ਇਹ ਲਾਸਟ ਆਪਾਂ 24 ਘੰਟੇ ਦੇ ਵਿੱਚ ਜਿਹੜੀ ਗੱਲਬਾਤ ਕਰ ਰਹੇ ਹਾਂ ਇਹਦੇ ਨਾਲ ਹੀ ਹੁਣ 8381 ਲੋਕ ਜਿਹੜੇ ਹਸਪਤਾਲਾਂ ਦੇ ਵਿੱਚ ਭਰਤੀ ਹੋ ਚੁੱਕੇ ਹਨ ਤੇ ਇਸ ਤੋਂ ਇਲਾਵਾ 1012 ਲੋਕ ਜਿਹੜੇ ਆਈਸੀਯੂ ਦੇ ਵਿੱਚ ਭਰਤੀ ਹਨ ਜਿਹੜੀ ਚਿੰਤਾ ਵਾਲੀ ਗੱਲ ਇਹ ਹੀ ਜ਼ਿਆਦਾ ਹੈ ਜਦੋਂ ਆਈਸੀਯੂ ਦੇ ਵਿੱਚ ਜਿਹੜੀਆਂ ਐਡਮਿਸ਼ਨਸ ਵਗੈਰਾ ਜ਼ਿਆਦਾ ਹੁੰਦੀਆਂ ਹਨ ਇਸ ਤੋਂ ਇਲਾਵਾ ਲੁੰਬਾਰਦੀਆ ਦੇ ਵਿੱਚ ਜਿਹੜਾ ਕੇਸ ਬਹੁਤ ਹੀ ਜ਼ਿਆਦਾ ਆਇਆ ਹੈ 8292 ਕੇਸ ਇਕੱਲਾ ਲੁੰਬਾਰਦੀਆ ਦੇ ਵਿੱਚ ਆਇਆ ਹੈ ਬ੍ਰਿਨਟੋ ਦੇ ਵਿੱਚ ਵੀ 4716 ਕੇਸ ਕੰਪਨੀਆਂ ਵਿੱਚ 2297, ਅਮੇਰੀਕਾ ਰਮਾਨੀਆ ਵਿੱਚ 2179, ਲਾਜ਼ਿਓ ਵਿੱਚ 2285 ਕੇਸ ਤੇ ਇਸ ਤੋਂ ਇਲਾਵਾ ਪੂਮੋਂਤੇ ਵਿੱਚ 3218 ਕੇਸ, ਆਸਟ੍ਰੇਲੀਆ ਦੇ ਵਿੱਚ 1423 ਕੇਸ ਆਏ ਹਨ। ਤੁਸਕਾਨਾ ਦੇ ਵਿੱਚ ਵੀ 1316 ਕੇਸ ਆਇਆ ਹੈ। ਤੇ ਬਾਕੀ ਜਿਹੜੀਆਂ ਸਟੇਟਾਂ ਇਟਲੀ ਦੀਆਂ ਬਚਦੀਆਂ ਉਹਨਾਂ ਦੇ ਵਿੱਚ 1000 ਤੋਂ ਘੱਟ ਕੇਸ ਆਇਆ ਹੈ। ਹੁਣ ਆਪਾਂ ਅਗਲੀਆਂ ਖ਼ਬਰਾਂ ਦੇ ਉੱਤੇ ਜਾਣ ਤੋਂ ਪਹਿਲਾਂ ਦੋ ਤਿੰਨ ਜਿਹੜੇ ਕਮੈਂਟ ਸਾਡੇ ਬਹੁਤ ਜ਼ਰੂਰੀ ਆਏ ਹਨ ਉਹਨਾਂ ਦੇ ਜਿਹੜੇ ਜਵਾਬ ਦੇ ਦਈਏ। ਹਾਂਜੀ ਪਹਿਲਾ ਕਮੈਂਟ ਹੈ ਜੀ ਪਾਲ ਭਾਈ ਹੁਣਾਂ ਦਾ ਇਹਨਾਂ ਨੇ ਪੁੱਛਿਆ ਕਿ ਰੈਂਸੀ ਬੋਨਸ ਦਾ ਭਾਜੀ ਦਮਾਂਦਾ ਕਰਨਾ ਪੈਂਦਾ ਇਸ ਬਾਰੇ ਵੀ ਜਿਹੜਾ ਡਿਟੇਲ ਦੇ ਵਿੱਚ ਦੱਸੋ ਕਿ ਮਾਲਕ ਵਿੱਚ ਖਾਈ ਜਾਂਦੇ ਨੇ ਤਾਂ ਇਹਦੇ ਬਾਰੇ ਤੁਹਾਨੂੰ ਇਹ ਦੱਸੀ ਕਿ ਜਿਹੜਾ ਰੈਂਸੀ ਬੋਨਸ ਹੈ ਜੀ ਇਹਦੇ ਵਿੱਚ ਤੁਹਾਨੂੰ ਕੋਈ ਵੀ ਜਿਹੜਾ ਦਮਾਂਦਾ ਵਗੈਰਾ ਕਰਨ ਦੀ ਕੋਈ ਵੀ ਲੋੜ ਨਹੀਂ ਹੈ ਇਹ ਬੋਨਸ ਜਿਹੜਾ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਜੇ ਤੁਸੀਂ ਮਾਲਕ ਨੰਬਰ ਦੇ ਵਿੱਚ ਕੰਮ ਕਰਦੇ ਹੋ ਜਿਹੜਾ ਤੁਹਾਡਾ ਖੁਦ ਹੈ ਜੀ ਉਸ ਬੇਸ ਦੇ ਉੱਤੇ ਹੀ ਇਹ ਬੋਨਸ ਦਿੱਤਾ ਜਾਂਦਾ ਹੈ ਬਾਕੀ ਇਟਲੀ ਦੇ ਵਿੱਚ ਇੱਕ ਤਕਰੀਬਨ ਇਸ ਟਾਈਮ 16 ਮਿਲੀਅਨ ਜਿਹੜੇ ਲੋਕ ਹਨ ਇਹ ਬੋਨਸ ਲੈ ਰਹੇ ਹਨ 16 ਮਿਲੀਅਨ ਦਾ ਮਤਲਬ ਕਿ 1 ਕਰੋੜ 60 ਲੱਖ ਲੋਕ ਜਿਹੜੇ ਹਨ ਇਹ ਬੋਨਸ ਪ੍ਰਾਪਤ ਕਰ ਰਹੇ ਹਨ ਜ਼ਿਆਦਾਤਰ ਜਿਨ੍ਹਾਂ ਦੀ ਤਨਖਾਹ ਹੈ ਜੀ 8000 ਯੂਰੋ ਤੋਂ ਲੈ ਕੇ 40000 ਯੂਰੋ ਤੱਕ ਕਿਉਂਕਿ ਇਹ ਬੋਨਸ ਲੈਣ ਦੇ ਵਾਸਤੇ ਜਿਹੜੀ ਮਿਨੀਮਮ ਸੈਲਰੀ ਉਹ ਵੀ ਹੋਣੀ ਜ਼ਰੂਰੀ ਹੈ ਤੇ ਮੈਕਸਿਮਮ ਸੈਲਰੀ ਵੀ ਹੋਣੀ ਜ਼ਰੂਰੀ ਹੈ ਇਹ ਦੇ ਵਿਚਕਾਰ ਹੀ ਅਗਰ ਤੁਹਾਡੀ ਜਿਹੜੀ ਸੈਲਰੀ ਰਹਿੰਦੀ ਹੈ ਤਾਂ ਫੇਰ ਹੀ ਤੁਸੀਂ ਇਹ ਬੋਨਸ ਲੈ ਸਕਦੇ ਹੋ ਬਾਕੀ ਦੇ ਬਾਰੇ ਤੁਹਾਨੂੰ ਦੁਮੰਦਾ ਕਰਨ ਦੀ ਕੋਈ ਵੀ ਕਿਤੇ ਵੀ ਜਾਣ ਦੀ ਕੋਈ ਲੋੜ ਨਹੀਂ ਹੈ ਦੁਮੰਦਾ ਕਰਨ ਤੁਸੀਂ ਅਗਰ ਇਸ ਫਾਇਸ਼ਾ ਦੇ ਵਿੱਚ ਤੁਹਾਡੀ ਜਿਹੜੀ ਸੈਲਰੀ ਆ ਗਈ ਤੇ ਬੋਨਸ ਤੁਹਾਨੂੰ ਆਟੋਮੈਟਿਕਲੀ ਤਰੀਕੇ ਦੇ ਨਾਲ ਮਿਲੇਗਾ ਤੁਸੀਂ ਆਪਣੀ ਤਨਖਾਹ ਵਾਲੀ ਲਿਫਾਫੇ ਦੇ ਵਿੱਚ ਜਿਹੜਾ ਤੁਹਾਨੂੰ ਪੇਪਰ ਆਉਂਦਾ ਹੈ ਉਹਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਲਿਖਿਆ ਹੋਏਗਾ T R A D D L ਫਿਰ ਪੁਨਤੋ ਪਾਈ ਹੋਏਗੀ ਫਿਰ I N T E G R ਫਿਰ ਪੁਨਤੋ ਹੁੰਦੀ ਹੈ ਜੀ ਫਿਰ ਇੱਕ ਬ੍ਰੈਕਟ ਦੇ ਵਿੱਚ DL 3/2020 ਕਰਕੇ ਲਿਖਿਆ ਹੁੰਦਾ ਤੁਸੀਂ ਅਗਰ ਇਸ ਤਰ੍ਹਾਂ ਤੁਹਾਡੇ ਬੋਸਤਵ ਪਾਗ ਦੇ ਵਿੱਚ ਵੀ ਲਿਖਿਆ ਹੋਇਆ ਹੈ ਤੇ ਇਹਦਾ ਮਤਲਬ ਇਹ ਹੀ ਹੈ ਕਿ ਇਹ ਬੋਨਸ ਰੈਂਸੀ ਤੁਸੀਂ ਪ੍ਰਾਪਤ ਕਰ ਰਹੇ ਹੋ ਬਾਕੀ ਕਈ ਲੋਕਾਂ ਨੂੰ ਇਹ 100 ਯੂਰੋ ਮਿਲਦਾ ਤੇ ਕਈਆਂ ਨੂੰ ਇਸ ਤੋਂ ਘੱਟ ਵੀ ਮਿਲਦਾ ਹੈ। ਹੁਣ ਇਟਲੀ ਦੇ ਵਿੱਚ ਆਮ ਕਰਕੇ ਜਿਹੜੇ ਲੋਕ ਫੈਕਟਰੀਆਂ ਵਗੈਰਾ ਦੇ ਵਿੱਚ ਕੰਮ ਕਰਦੇ ਨੇ ਉਹਦਾ ਜਿਹੜਾ ਖੋਦ ਹੁੰਦਾ ਹੈ ਜੀ ਤਕਰੀਬਨ 26-27000 ਯੂਰੋ ਤੱਕ ਨਾਰਮਲ ਪਹੁੰਚ ਜਾਂਦਾ ਹੈ ਤੇ ਕਈ ਲੋਕ ਜਿਹੜੇ ਡਾਇਰੈਕਟ ਫੈਕਟਰੀਆਂ ਦੇ ਵਿੱਚ ਲੱਗੇ ਹਨ ਕਈ ਵਾਰ ਕੀ ਹੁੰਦਾ ਹੈ ਕਿ 28000 ਤੋਂ ਵੀ ਉੱਪਰ ਉਹਨਾਂ ਦਾ ਖੋਦ ਜਾਂਦਾ ਹੈ। ਹੁਣ ਜੇ ਤੁਹਾਡਾ ਜਿਹੜਾ ਖੋਦ ਹੈ ਜੀ 28001 ਤੋਂ ਲੈ ਕੇ 28001 ਤੋਂ ਲੈ ਕੇ 35000 ਯੂਰੋ ਤੱਕ ਅਗਰ ਤੁਸੀਂ ਇਸ ਰੇਂਜ ਦੇ ਵਿੱਚ ਤੁਹਾਡਾ ਖੋਦ ਆ ਗਿਆ ਤੇ ਤੁਹਾਨੂੰ ਜਿਹੜਾ ਬੋ ਇਹ ਤੁਹਾਡਾ ਘਟ ਕੇ 80 ਯੂਰੋ ਤੱਕ ਰਹਿ ਜਾਏਗਾ ਹੁਣ ਬਹੁਤੇ ਥੋੜੇ ਲੋਕਾਂ ਨੇ ਜਿਹਨਾਂ ਦਾ ਜਿਹੜਾ ਕੋਡ ਹੈ ਜੀ 35001 ਤੋਂ ਲੈ ਕੇ 40000 ਯੂਰੋ ਦੇ ਵਿੱਚ ਆਉਂਦਾ ਹੈ ਇਹਨਾਂ ਦੇ ਵਾਸਤੇ ਜਿਹੜਾ ਬੋਨਸ ਰੈਂਸੀ ਹੈ 80 ਯੂਰੋ ਤੋਂ ਘਟ ਕੇ 0 ਐਰੋ ਉੱਤੇ ਆ ਸਕਦਾ ਹੈ ਤੇ ਜੇ ਤੁਸੀਂ ਜਿਹੜੀ ਸੈਲਰੀ ਹੈ ਜੀ ਕੋਡ 28000 ਯੂਰੋ ਤੱਕ ਤੁਹਾਡਾ ਪਹੁੰਚਦਾ ਹੈ 28000 ਯੂਰੋ ਤੋਂ ਤੁਸੀਂ ਖਿਆਲ ਰੱਖਣਾ ਹੈ ਕਿ ਇੱਕ ਯੂਰੋ ਵੀ ਅਗਰ ਉੱਪਰ ਹੋ ਗਿਆ ਤੇ ਤੁਹਾਡੇ ਜਿਹੜੇ ਪੈਸੇ ਘਟ ਜਾਣੇ 28000 ਯੂਰੋ ਤੋਂ ਤੁਸੀਂ ਘਟ ਹੋ ਜਾਂ 28000 ਯੂਰੋ ਤੱਕ ਹੋ ਤੁਹਾਨੂੰ ਜਿਹੜਾ ਪਰ ਮਨਥ ਬੋਨਸ ਹੈ ਇੱਕ 100 ਯੂਰੋ ਜਿਹੜਾ ਆਉਂਦਾ ਹੈ ਮੰਥਲੀ ਦੇ ਹਿਸਾਬ ਦੇ ਨਾਲ ਹਰ ਮੰਥ ਦੇ ਵਿੱਚ ਬਾਕੀ ਦੇ ਵਿੱਚ ਤੁਹਾਨੂੰ ਇੱਕ ਹੋਰ ਜਿਹੜੀ ਮਹੱਤਵਪੂਰਨ ਚੀਜ਼ ਦੱਸੀ ਕਿ ਜੇ ਤੁਹਾਡਾ ਜਿਹੜਾ ਕੋਡ ਹੈ ਜੀ 8174 ਯੂਰੋ ਤੋਂ ਘੱਟ ਹੈ ਤਾਂ ਫਿਰ ਉਹਨਾਂ ਲੋਕਾਂ ਦੇ ਵਾਸਤੇ ਜਿਹੜਾ ਇਹ ਬੋਨਸ ਰੈਂਸੀ ਹੈ ਨਹੀਂ ਮਿਲਦਾ ਉਹਨਾਂ ਨੂੰ ਮਤਲਬ ਉਹੀ ਹੈ ਕਿ ਜਿਹੜਾ ਬੋਨਸ ਤਕਰੀਬਨ ਉਹਨਾਂ ਲੋਕਾਂ ਦੇ ਵਾਸਤੇ ਹੈ ਜਿਹੜੇ ਲੋਕ ਕੰਮ ਕਰਦੇ ਹਨ ਤੇ ਜਿਹੜੇ ਲੋਕ ਇੱਕ ਲਿਮਿਟ ਤੱਕ ਜਿਹੜੀ ਸਦ੍ਰਿਕ ਚੁੱਕਦੇ ਹਨ ਇਸ ਤਰ੍ਹਾਂ ਟੋਟਲ ਜਿਹੜਾ 1200 ਯੂਰੋ ਸਾਲ ਦਾ ਬੰਦੇ ਨੂੰ ਮਿਲਦਾ ਹੈ ਜਿਨ੍ਹਾਂ ਦੀ ਆਮਦਨ 28000 ਯੂਰੋ ਜਾਂ ਇਸ ਤੋਂ ਜਿਹੜੀ ਘੱਟ ਹੈ। ਬਾਕੀ ਨੈਕਸਟ ਆਪਣਾ ਜਿਹੜਾ ਸਵਾਲ ਹੈ ਜਿਨ੍ਹਾਂ ਦੇ ਕੋਲ ਆਲਰੇਡੀ ਗ੍ਰੀਨ ਪਾਸ ਹੈਗਾ ਉਹਨਾਂ ਨੂੰ ਸੁਪਰ ਗ੍ਰੀਨ ਪਾਸ ਕਿੱਥੋਂ ਮਿਲੇਗਾ ਇਹਦੇ ਬਾਰੇ ਪੁੱਛਿਆ ਗਿਆ ਹੈ। ਤੇ ਇਹਦੇ ਵਿੱਚ ਤੁਹਾਨੂੰ ਦੱਸੀ ਕਿ ਜੇ ਤੁਸੀਂ ਗ੍ਰੀਨ ਪਾਸ ਜਿਹੜਾ ਹੈ ਤੁਸੀਂ ਇੰਜੈਕਸ਼ਨ ਲਗਵਾ ਕੇ ਲਿਆ ਹੋਇਆ ਹੈ ਜਾਂ ਤੁਸੀਂ ਬਿਮਾਰੀ ਤੋਂ ਠੀਕ ਹੋ ਚੁੱਕੇ ਹੋ ਤਾਂ ਫਿਰ ਤੁਹਾਨੂੰ ਗ੍ਰੀਨ ਪਾਸ ਸੁਪਰ ਗ੍ਰੀਨ ਪਾਸ ਲੈਣ ਦੇ ਵਾਸਤੇ ਕਿਤੇ ਜਾਣਾ ਨਹੀਂ ਪਵੇਗਾ ਜਿਹੜਾ ਤੁਹਾਡਾ ਗ੍ਰੀਨ ਪਾਸ ਨਾਰਮਲ ਹੋਏਗਾ ਉਹੀ ਸੁਪਰ ਗ੍ਰੀਨ ਪਾਸ ਹੁਣ ਆਪਾਂ ਨੈਕਸਟ ਖਬਰ ਜਿਹੜੀ ਸੁਪਰ ਬੋਨਸ ਦੇ ਨਾਲ ਸੰਬੰਧਿਤ ਹੈ ਸੁਪਰ ਬੋਨਸ ਜਿਹੜਾ ਕਿ 110% ਚੱਲਦਾ ਹੈ 2022 ਦੇ ਵਾਸਤੇ ਆਪਾਂ ਇਸ ਨੂੰ ਗੁੱਡ ਨਿਊਜ਼ ਕਹਿ ਸਕਦੇ ਹਾਂ ਕਿ ਸੁਪਰ ਬੋਨਸ ਜਿਹੜਾ ਹੈ ਜੀ ਇਸੇ ਤਰ੍ਹਾਂ ਹੀ ਮੇਨਟੇਨ ਰਹਿਣਾ ਹੈ ਪਰੰਤੂ ਕੁਝ ਪਾਬੰਦੀਆਂ ਦੇ ਨਾਲ ਚਲਦੇ ਜੇ ਆਪਣੀ ਨੈਕਸਟ ਖਬਰ ਦੇ ਉੱਤੇ ਨੈਕਸਟ ਖਬਰ ਜਿਹੜੀ ਆਪਣੀ ਇਟਲੀ ਦੀਆਂ ਚਾਰ ਸਟੇਟਾਂ ਇਹਨਾਂ ਦੇ ਵਾਸਤੇ ਇੱਕ ਮਾੜੀ ਨਿਊਜ਼ ਨਿਕਲ ਕੇ ਸਾਹਮਣੇ ਆਈ ਹੈ ਇਹ ਸਟੇਟਾਂ ਜਿਹੜੀਆਂ ਇਹਨਾਂ ਦੇ ਨਾਮ ਇਸ ਤਰ੍ਹਾਂ ਹਨ ਇੱਕ ਤਾਂ ਸਟੇਟ ਹੈ ਜੀ ਵਨੇਟੋ ਤੇ ਲਗੂਰੀਆ ਦੂਸਰੀ ਲਗੂਰੀਆ ਤੀਸਰੀ ਹੈ ਲੁੰਬਾਰਦੀਆ ਤੇ ਇਨਾ ਚਾਰ ਸਟੇਟਾਂ ਦੇ ਵਾਸਤੇ ਜਿਹੜੀ ਖਬਰ ਹੈ ਜੀ ਬੈਡ ਨਿਊਜ਼ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਕੇਸ ਦੱਸਿਆ ਇਟਲੀ ਦੇ ਵਿੱਚ ਤੁਸੀਂ ਆਪਣੇ ਆਪ ਵੀ ਦੇਖ ਸਕਦੇ ਹੋ ਕਿ ਜਿਹੜੇ ਕੇਸ ਸੀ ਕੁਝ ਸਟੇਟਾਂ ਦੇ ਵਿੱਚ ਹਜ਼ਾਰਾਂ ਦੇ ਵਿੱਚ ਆਉਣੇ ਸ਼ੁਰੂ ਹੋ ਚੁੱਕੇ ਹਨ ਤੇ ਇਹਦੇ ਨਾਲ ਇਟਲੀ ਦੇ ਕਈ ਜਿਹੜੇ ਰਾਜ ਇਹੋ ਜਿਹੇ ਹਨ ਜਿਹੜੇ ਕੀ ਹੁਣ ਤੁਹਾਨੂੰ orange zone ਦੇ ਵਿੱਚ ਜਾਂਦੇ ਹੋਏ ਦਿਖਾਈ ਦੇਣਗੇ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਬਾਕੀ ਚਾਰ ਸਟੇਟਾਂ ਇਹੋ ਜਿਹੀਆਂ ਵੀ ਹਨ ਜਿਨ੍ਹਾਂ ਦੇ ਵਿੱਚ orange zone ਦੇ ਵਿੱਚ ਜਾਣ ਦਾ ਇਹਨਾਂ ਨੂੰ ਖਤਰਾ ਬਣ ਚੁੱਕਾ ਹੈ ਜਿਨ੍ਹਾਂ ਦੇ ਵਿੱਚ ਫੋਲੀ ਵੈਨੇਸ਼ੀਆ ਜੁਲੀਆ ਆ ਰਿਹਾ ਹੈ ਦੂਸਰੇ ਨੰਬਰ ਦੀ ਸਟੇਟ ਹੈ ਵੇਨੇਟੋ ਤੇ ਉਸ ਤੋਂ ਅਗਲੀ ਸਟੇਟ 3 ਨੰਬਰ ਦੀ ਲਕੂਰੀ ਆ ਰਹੀ ਹੈ ਤੇ ਚੌਥੇ ਨੰਬਰ ਤੇ ਕਲਾਬਰੀ ਆ ਰਿਹਾ ਹੈ ਇਹਨਾਂ ਦਾ ਜਿਹੜਾ ਪੂਰਾ ਪੂਰਾ ਯੋਗ ਬਣ ਰਿਹਾ ਹੈ ਕਿ orange zone ਦੇ ਵਿੱਚ ਜਾ ਸਕਦੇ ਹਨ ਇਸ ਟਾਈਮ yellow zone ਦੇ ਵਿੱਚ ਜਾਣ ਦੇ ਵਾਸਤੇ 1 ਲੱਖ ਦੇ ਪਿੱਛੇ 50 ਕੇਸ ਜਿਹੜੇ ਹੋਣੇ ਜ਼ਰੂਰੀ ਹਨ ਬਾਕੀ ਕੁਝ ਪਾਬੰਦੀਆਂ ਵਗੈਰਾ ਨਵੇਂ ਸਾਲ ਦੇ ਉੱਤੇ ਤੇ 크리스마ਸ ਦੇ ਉੱਤੇ ਸਰਕਾਰ ਦੇ ਵੱਲੋਂ ਸਾਹਮਣੇ ਆ ਰਹੀਆਂ ਹਨ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ 24 ਦਸੰਬਰ ਦੀ ਜਿਹੜੀ ਸ਼ਾਮ ਹੋਏਗੀ ਤੇ ਉਸ ਤੋਂ ਬਾਅਦ ਜਿਹੜਾ 25 ਤਰੀਕ ਨੂੰ ਲੰਚ ਜਿਹੜਾ ਕੀਤਾ ਜਾਏਗਾ ਪ੍ਰਾਈਵੇਟ ਘਰਾਂ ਦੇ ਵਿੱਚ ਉਹਦੇ ਉੱਤੇ ਜਿਹੜੀਆਂ ਕੁਝ ਵੀ ਪਾਬੰਦੀਆਂ ਵਗੈਰਾ ਸਰਕਾਰ ਦੀਆਂ ਨਹੀਂ ਹਨ ਪਰੰਤੂ ਦੇ ਵਿੱਚ ਜਿਹੜੀ ਕੁਝ ਸਲਾਹ ਵਗੈਰਾ ਦਿੱਤੀ ਗਈ ਹੈ ਜਿਹੜੀ ਸਰਕਾਰ ਦੀ ਸਲਾਹ ਲੋਕਾਂ ਨੂੰ ਦਿੱਤੀ ਗਈ ਹੈ ਇਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀ ਭੀੜ ਤੋਂ ਤੁਸੀਂ ਬਚਣਾ ਹੈ ਤੇ ਜਿਨ੍ਹਾਂ ਲੋਕਾਂ ਨੇ ਵੈਕਸੀਨ ਵਗੈਰਾ ਨਹੀਂ ਲਗਵਾਈ ਉਹਨਾਂ ਦੇ ਕੰਟੈਕਟ ਦੇ ਵਿੱਚ ਆਉਣ ਤੋਂ ਬਚਣਾ ਹੈ ਸਪੈਸ਼ਲੀ ਤੌਰ ਤੇ ਉਹਨਾਂ ਲੋਕਾਂ ਦੇ ਵਾਸਤੇ ਜਿਨ੍ਹਾਂ ਦਾ ਜਿਹੜਾ ਇਮਿਊਨ ਸਿਸਟਮ ਕਮਜ਼ੋਰ ਹੈ ਇਸ ਤੋਂ ਇਲਾਵਾ ਜੇ ਤੁਸੀਂ ਕਿਸੇ ਪਾਰਟੀ ਵਗੈਰਾ ਦੇ ਵਿਚਾਰੇ ਇਵੈਂਟਸ ਵਗੈਰਾ ਦੇ ਵਿੱਚ ਸ਼ਾਮਲ ਹੋ ਰਹੇ ਤਾਂ ਉਹਦੇ ਵਿੱਚ ਜਿਹੜੀਆਂ ਕੁਰਸੀਆਂ ਵਗੈਰਾ ਲੱਗੀਆਂ ਹੋਣਗੀਆਂ ਜਿਹੜੀਆਂ ਦੋ ਕੁਰਸੀਆਂ ਕਿਤੇ ਵੀ ਤੁਹਾਨੂੰ ਇਕੱਠੀਆਂ ਜੁੜੀਆਂ ਹੋਈਆਂ ਨਹੀਂ ਮਿਲਣਗੀਆਂ ਬਾਕੀ ਸਰਕਾਰ ਇਸ ਚੀਜ਼ ਨੂੰ ਵੀ ਜ਼ਰੂਰੀ ਕਰੇਗੀ ਜਿੱਦਾਂ ਕਿ ਉਬਲੀਗਾ ਤਰੀਓ ਕਰੇਗੀ ਕਿ ਜਿਹੜੇ ਲੋਕੀ ਨਾ ਇਵੈਂਟਸ ਵਗੈਰਾ ਦੇ ਵਿੱਚ ਜਾਣਗੇ ਅਗਰ ਉਹਨਾਂ ਨੇ ਵੈਕਸੀਨ ਲਗਵਾਈ ਹੋਈ ਹੈ ਫਿਰ ਵੀ ਜਿਹੜਾ ਉਹਨਾਂ ਦਾ ਸਵੇਭ ਕੀਤਾ ਜਾਵੇਗਾ ਟੈਸਟ ਉਹਨਾਂ ਦਾ ਕਰਨਾ ਪਵੇਗਾ ਇਸ ਤੋਂ ਇਲਾਵਾ 24 ਤੇ 25 ਤਰੀਕ ਨੂੰ ਸਰਕਾਰ ਨੇ ਰეკਮੈਂਡ ਕੀਤਾ ਹੈ ਕਿ ਜਿਹੜਾ ਆਪਣਾ ਜਿੱਦਾਂ ਕਿ ਲਾਂਚ ਵਗੈਰਾ ਦਾ ਜਿਹੜਾ ਟੇਬਲ ਦੇ ਉੱਤੇ ਲੋਕੀ ਬੈਠ ਕੇ ਖਾਂਦੇ ਹਨ ਇੱਕ ਟੇਬਲ ਦੇ ਉੱਤੇ ਕੋਸ਼ਿਸ਼ ਕੀਤੀ ਜਾਵੇ ਕਿ ਇੱਕ ਫੈਮਿਲੀ ਦੇ ਬੰਦੇ ਹੀ ਬੈਠਣ ਬਾਕੀ ਨਵੇਂ ਸਾਲ ਦੇ ਉੱਤੇ ਜਿਹੜੀਆਂ ਸਖਤੀਆਂ ਹਨ ਪਾਬੰਦੀਆਂ ਹੋਰ ਵੀ ਜ਼ਿਆਦਾ ਟਾਈਟ ਹੋ ਸਕਦੀਆਂ ਹਨ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਨੈਕਸਟ ਖ਼ਬਰ ਦੇ ਉੱਤੇ ਨੈਕਸਟ ਖ਼ਬਰ ਜਿਹੜੀ ਆਪਣੀ ਚਾਰ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਹਨ ਉਹਨਾਂ ਦੇ ਨਾਲ ਸੰਬੰਧਿਤ ਹੈ ਜਿਨ੍ਹਾਂ ਨੂੰ ਕੀ ਇਸ ਟਾਈਮ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਰੱਖਿਆ ਗਿਆ ਹੈ ਜਿਹੜਾ ਹਸਪਤਾਲ ਦਾ ਨਾਮ ਹੈ ਜੀ ਬੋਰਗੋਤ੍ਰੇਨਤ ਹਸਪੀਟਲ ਜਿਹੜਾ ਕਿ ਬਰੂਨਾ ਦੇ ਵਿੱਚ ਪੈਂਦਾ ਹੈ ਇਹ ਚਾਰ ਜਿਹੜੀਆਂ ਲੇਡੀਆਂ ਨੇ ਇਹਨਾਂ ਨੂੰ ਇਸ ਕਰਕੇ ਹਸਪੀਟਲ ਦੇ ਵਿੱਚ ਰੱਖਿਆ ਗਿਆ ਹੈ ਕਿਉਂਕਿ ਇਹਨਾਂ ਨੂੰ ਕੋਰੋਨਾ ਦੇ ਨਾਲ ਜਿਹੜਾ ਇਨਫੈਕਟਡ ਹੋ ਚੁੱਕੀਆਂ ਹਨ ਤੇ ਚਾਰਾਂ ਨੇ ਇਹ ਜਿਹੜਾ ਇੰਜੈਕਸ਼ਨ ਵਗੈਰਾ ਨਹੀਂ ਲਗਵਾਇਆ ਜਦੋਂ ਕਿ ਡਾਕਟਰ ਨੇ ਇਹਨਾਂ ਨੂੰ ਕਿਹਾ ਸੀ ਐਡਵਾਈਸ ਦਿੱਤੀ ਸੀ ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਚਾਰੀ ਲੇਡੀਜ਼ ਹਨ ਇਹਨਾਂ ਦੇ ਜਿਹੜੇ ਬੱਚੇ ਹਨ ਪੂਰੇ ਹਫ਼ਤਿਆਂ ਰਿਸਕ ਦੇ ਉੱਤੇ ਹਨ ਇਹਨਾਂ ਚਾਰਾਂ ਦੇ ਵਿੱਚੋਂ ਇੱਕਔਰ ਦੀ ਜਿਹੜੀ ਉਮਰ 45 ਸਾਲ ਦੀ ਹੈ ਜਿਹੜੀ ਕਿ 3 ਹਫ਼ਤੇ ਦੇ ਨਾਲ ਸਬੰਧਿਤ ਹੈ ਜਿਸ ਨੂੰ ਕਿ ਤਕਰੀਬਨ 1 ਮਹੀਨਾ ਹੋ ਚੁੱਕਾ ਤੇ ਉਸ ਨੂੰ ਵੈਂਟਿਲੇਟਰ ਦੇ ਉੱਤੇ ਰੱਖਿਆ ਹੋਇਆ ਹੈ ਹੁਣ ਚਲਦੇ ਜੇ ਇੱਕ ਹੋਰ ਵੱਡੀ ਖੁਸ਼ਖਬਰੀ ਉੱਤੇ 1 ਜਨਵਰੀ ਇੱਕ ਬਹੁਤ ਜਿਹੜੀ ਵੱਡੀ ਖੁਸ਼ਖਬਰੀ ਜਾਨਵਰਾਂ ਦੇ ਵਾਸਤੇ ਆ ਰਹੀ ਹੈ ਤੁਸੀਂ ਨਾਮ ਸੁਣਿਆ ਹੋਵੇਗਾ ਮਿੰਕਸ ਵਗੈਰਾ ਫੌਕਸਿਸ ਰੈਕੂਨਸ ਤੇ ਹੋਰ ਇੱਕ ਹੋਰ ਨਾਮ ਹੈ ਜੀ ਚਿੰਚਲਾਸ ਤੇ ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਹਨ। ਜ਼ਿਆਦਾਤਰ ਇਹਨਾਂ ਜਾਨਵਰਾਂ ਨੂੰ ਕੀ ਕੀਤਾ ਜਾਂਦਾ ਹੈ ਕਿ ਇਹਨਾਂ ਜਾਨਵਰਾਂ ਨੂੰ ਪਹਿਲਾਂ ਪਾਲਿਆ ਜਾਂਦਾ ਹੈ ਤੇ ਫਿਰ ਇਹਨਾਂ ਜਾਨਵਰਾਂ ਨੂੰ ਮਾਰਿਆ ਜਾਂਦਾ ਹੈ। ਮਾਰਿਆ ਇਸ ਕਰਕੇ ਜਾਂਦਾ ਹੈ ਕਿਉਂਕਿ ਜਿਹੜੀ ਇਹਨਾਂ ਦੀ ਖਾਲ ਹੁੰਦੀ ਹੈ। ਉਹਨਾਂ ਨੂੰ ਜਿੱਦਾਂ ਕਿ ਸਜਾਵਟ ਦੇ ਵਾਸਤੇ ਕੱਪੜਿਆਂ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਹਨਾਂ ਦੀ ਜਿਹੜੀ ਫਰ ਦੇ ਵਾਸਤੇ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਤੁਹਾਡੇ ਜਿਹੜੇ ਕੋਟ ਵਗੈਰਾ ਪਾਏ ਹੋਏ ਹੁੰਦੇ ਉਹਨਾਂ ਦੇ ਉੱਤੇ ਇੱਕ ਫਰ ਲੱਗੀ ਹੁੰਦੀ ਹੈ। ਇਹ ਜਿਹੜੀ ਫਰ ਇਹਨਾਂ ਜਾਨਵਰ ਦੀ ਚੌੜੀ ਹੀ ਹੁੰਦੀ ਹੈ। ਹੁਣ ਇਹਦੇ ਵਿੱਚ ਜਿਹੜੀ ਇੱਕ ਇਟਲੀ ਦੇ ਵੱਲੋਂ ਇੱਕ ਫੈਸਲਾ ਲਿਆ ਗਿਆ ਜਿਹੜੀ ਸੀਨੀਅਰ ਟੈਜੀ ਬਜਟ ਕਮੇਟੀ ਇਸ ਨੇ ਜਿਹੜੀ ਇਹਨਾਂ ਦੀ ਬਰੀਡਿੰਗ ਹੈ ਇਹਨਾਂ ਜਰਮਨਾਂ ਦੀ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਮਾਰਨਾ ਇਸ ਦੇ ਉੱਤੇ ਜਿਹੜੀ ਪਾਬੰਦੀ ਲਗਾਉਣ ਦਾ ਫੈਸਲਾ ਕਰ ਲਿਆ ਤੇ 1 ਜਨਵਰੀ 2022 ਤੋਂ ਇਹ ਕੰਮ ਸ਼ੁਰੂ ਹੋ ਜਾਏਗਾ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਬਹੁਤ ਵੱਡੀ ਜਿਹੜੀ ਜੱਤ ਹੈ ਜਿਸ ਦੀ ਬਹੁਤ ਤੇਰ ਤੋਂ ਅਧੀਕ ਕੀਤੀ ਜਾ ਰਹੀ ਸੀ ਇਟਲੀ ਦੇ ਵਿੱਚ ਹੁਣ ਇਟਲੀ ਦੇ ਵਿੱਚ ਕਿਸੇ ਵੀ ਜਾਨਵਰ ਨੂੰ ਫਰਦ ਦੇ ਵਾਸਤੇ ਪਾਲ ਲਿਆ ਜਾਂ ਮਾਰਿਆ ਨਹੀਂ ਜਾਵੇਗਾ ਬਾਕੀ ਇਸ ਟਾਈਮ ਇਟਲੀ ਦੇ ਵਿੱਚ ਪੰਜ ਫਾਰਮ ਇਹੋ ਜਿਹੇ ਹਨ ਜਿਹੜੇ ਕਿਸ ਹਾਲਤ ਦੇ ਵਿੱਚ ਵੀ ਅਜੇ ਵੀ ਚਾਲੂ ਹਨ ਜਿਨ੍ਹਾਂ ਨੂੰ ਸਰਕਾਰ ਹੁਣ ਕੁਝ ਮੁਆਵਜ਼ਾ ਵੀ ਦੇਵੇਗੀ ਤਾਂ ਕਿ ਜਿਹੜਾ ਇਹਨਾਂ ਨੂੰ ਕੰਮਕਾਰ ਆਪਣਾ ਬੰਦ ਕਰਨਾ ਹੈ ਉਹਦੇ ਵਾਸਤੇ ਜ਼ਿਆਦਾ ਘਾਟਾ ਨਾ ਪਵੇ ਤੇ ਇਸ ਦੇ ਵਾਸਤੇ ਤਕਰੀਬਨ 30 ਲੱਖ ਯੂਰੋ ਦੀ ਜਿਹੜੀ ਰਕਮ ਹੈ ਜੋ ਮਿੱਥੀ ਗਈ ਹੈ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਤ੍ਰੀਨੂ ਦੇ ਵਿੱਚ ਨਵੀਂ ਖਬਰ ਹੈ ਇਹਦੇ ਵਿੱਚ ਇੱਕ ਬਿਲਡਿੰਗ ਨੂੰ ਅੱਗ ਲੱਗੀ ਹੈ ਜਿਹੜੀ ਕੀ ਅਜੇ ਤੱਕ ਕੰਸਟਰਕਸ਼ਨ ਸਾਈਟ ਦੇ ਦੀਨੇ ਬਿਲਡਿੰਗ ਬੰਡੀ ਸੀ ਮਤਲਬ ਅਜੇ ਤੱਕ ਕੰਪਲੀਟ ਨਹੀਂ ਹੋਈ ਸੀ ਇਸ ਬਿਲਡਿੰਗ ਦੀ ਜਿਹੜੀ ਛੱਤ ਸੀ ਉਹ ਅੰਡਰ ਕੰਸਟਰਕਸ਼ਨ ਚੱਲ ਰਹੀ ਸੀ ਇਸ ਦਾ ਰੀਨੋਵੇਸ਼ਨ ਹੋ ਰਿਹਾ ਸੀ ਕਿ ਇਸ ਨੂੰ ਜਿਹੜੀ ਅੱਗ ਲੱਗ ਜਾਂਦੀ ਹੈ ਇਸ ਤੋਂ ਜਿਹੜਾ ਅੱਗ ਬੁਝਾਉ ਦਲ ਸੀ ਇਹਦੇ ਵਿੱਚ ਤਕਰੀਬਨ 5 ਟੀਮਾਂ ਜਿਹੜੀਆਂ ਕਿ ਇਸ ਅੱਗ ਨੂੰ ਬੁਝਾਉਂਦੀਆਂ ਹਨ ਇਹਦੇ ਵਿੱਚ ਇੱਕ ਵਧੀਆ ਗੱਲ ਇਹ ਰਹੀ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਜੀ ਆਪਾਂ ਹੁਣ ਮੌਸਮ ਅੱਜ ਦੀ ਗੱਲ ਕਰੀ ਤਾਂ ਅੱਜ ਜਿਹੜਾ 22 ਦਸੰਬਰ ਹੋ ਚੁੱਕੀ ਤੇ ਜਿਹੜਾ ਅੱਜ ਦਾ ਮੌਸਮ ਹੈ ਜੀ ਬੁੱਧਵਾਰ ਦਾ ਇਟਲੀ ਦੇ ਵਿੱਚ ਸਪੈਸ਼ਲੀ ਤੌਰ ਤੇ ਜਿਹੜਾ ਨਾਰਥ ਦਾ ਇਲਾਕਾ ਹੈ ਉਹਦੇ ਵਿੱਚ ਜਿਹੜੀ ਅੱਜ ਬੱਦਲਵਾਈ ਰਹਿਣ ਦੀ ਪੂਰੀ ਪੂਰੀ ਸੰਭਾਵਨਾ ਦੱਸੀ ਜਾ ਰਹੀ ਹੈ ਤੇ ਇਟਲੀ ਦਾ ਜਿਹੜਾ ਸੈਂਟਰ ਵਾਲਾ ਇਲਾਕਾ ਇਹਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਬਣਦੀ ਹੈ ਤੇ ਕਲਾਬਰੀਆ ਦੇ ਵਿੱਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਟਸਕਾਨਾ ਉੰਬਰੀਆ ਤਲਾਜ਼ੀਓ ਵਿੱਚ ਵੀ ਕੁਝ ਇਲਾਕਿਆਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮਾਰਕੇ ਦੇ ਵਿੱਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕੁਝ ਇਲਾਕਿਆਂ ਦੇ ਵਿੱਚ ਇਸ ਤੋਂ ਇਲਾਵਾ ਜਿਹੜੀ ਪੋ ਵੈਲੀ ਹੋਏਗੀ ਉਹਦੇ ਵਿੱਚ ਕਾਫੀ ਧੁੰਦ ਵਗੈਰਾ ਪੈਣ ਦੀ ਦੱਸੀ ਜਾ ਰਹੀ ਹੈ ਸੰਭਾਵਨਾ ਅੱਜ ਦੀ ਬਾਕੀ ਇਟਲੀ ਦੇ ਜ਼ਿਆਦਾਤਰ ਇਲਾਕਿਆਂ ਦੀ ਵਿਜੜ ਅੱਜ ਬਦਲਵਾਈ ਰਹੇਗੀ ਬਾਕੀ ਹੁਣ ਚੱਲਦੇ ਹਾਂ ਜੀ ਆਪਣੀ ਅਗਲੀ ਖ਼ਬਰ ਤੇ ਨੈਕਸਟ ਖ਼ਬਰ ਜਿਹੜੀ ਆਪਣੀ ਜਰਮਨ ਦੇ ਨਾਲ ਸਬੰਧਤ ਹੈ ਇਹਦੇ ਵਿੱਚ ਹੋਇਆ ਇਸ ਤਰ੍ਹਾਂ ਹੈ ਕਿ ਜੇ ਤੁਸੀਂ ਇਟਲੀ ਦੇ ਵਿੱਚ ਹੁਣ ਰਹਿ ਰਹੇ ਹੋ ਤੇ ਇਟਲੀ ਬਈ ਤੁਸੀਂ ਸੁਣਿਆ ਹੋਵੇਗਾ ਕਿ ਸੈਕੰਡ ਡੋਜ਼ ਲੱਗਣ ਦੇ 5 ਮਹੀਨੇ ਦੇ ਬਾਅਦ ਜਿਹੜੀ ਤੁਸੀਂ 3ੀ ਡੋਜ਼ ਦੀ ਬੁਕਿੰਗ ਕਰਵਾ ਸਕਦੇ ਹੋ ਜਾਂ ਇੰਜੈਕਸ਼ਨ ਲਗਵਾ ਵੀ ਸਕਦੇ ਹੋ ਪਰੰਤੂ ਜਰਮਨ ਦੇ ਵਿੱਚ ਜਿਹੜਾ ਫੈਸਲਾ ਉਹਨਾਂ ਨੇ ਲਿਆ ਹੈ ਬਿਲਕੁਲ ਇਸ ਤੋਂ ਵੀ ਵੱਖਰਾ ਫੈਸਲਾ ਹੈ ਜਿਹੜੇ ਜਰਮਨ ਦੇ ਵੈਕਸੀਨ ਕਮਿਸ਼ਨ ਦੇ ਜਿਹੜੇ ਹੈੱਡ ਹਨ ਜਿਨ੍ਹਾਂ ਦਾ ਨਾਮ ਹੈ ਜੀ ਸਟੀਕੋ ਇਹਨਾਂ ਨੇ ਜਰਮਨ ਵਾਸੀਆਂ ਨੂੰ ਰეკਮੈਂਡ ਕੀਤਾ ਹੈ ਕਿ ਜਿਹੜੀ ਬੂਸਟਰ ਡੋਜ਼ ਹੈ ਇਹ ਜਿਹੜੀ ਦੂਸਰੀ ਡੋਜ਼ ਤੋਂ 3 ਮਹੀਨੇ ਬਾਅਦ ਲਗਾਈ ਜਾਵੇਗੀ ਨਾ ਕਿ 6 ਮਹੀਨੇ ਦੇ ਬਾਅਦ ਇਟਲੀ ਦੇ ਵਿੱਚ ਜਿਹੜਾ ਟਾਈਮ ਹੈ ਜੀ 5 ਮਹੀਨੇ ਇਹਨਾਂ ਨੇ ਰੱਖਿਆ ਹੈ ਹੁਣੇ ਬੂਸਟਰ ਡੋਸ ਦੇ ਉੱਤੇ ਜ਼ਿਆਦਾ ਧਿਆਨ ਇਸ ਕਰਕੇ ਦਿੱਤਾ ਜਾ ਰਿਹਾ ਕਿਉਂਕਿ ਜਿਹੜੀ ਰਿਸਰਚ ਹੋਈ ਹੈ ਸਟੱਡੀ ਹੋਈ ਹੈ ਇਹਦੇ ਵਿੱਚ ਜ਼ਿਆਦਾਤਰ ਇਹੀ ਦੇਖਿਆ ਗਿਆ ਹੈ ਕਿ ਓਮਿਕਰੋਨ ਵੇਰੀਐਂਟ ਦੇ ਨਾਲ ਨਜਿੱਠਣ ਦੇ ਵਾਸਤੇ ਜਿਹੜੀ ਤੀਸਰੀ ਡੋਸ ਹੈ ਜੀ ਉਹ ਹੋਣੀ ਜ਼ਰੂਰੀ ਹੈ ਬਾਕੀ 18 ਸਾਲ ਜਾਂ ਇਸ ਤੋਂ ਉੱਪਰ ਵਾਲੇ ਲੋਕਾਂ ਦੇ ਵਾਸਤੇ ਜਿਹੜੀ ਹਰੀ ਝੰਡੀ ਮਿਲ ਚੁੱਕੀ ਹੈ ਤਿੰਨ ਮਹੀਨੇ ਜਿਹੜਾ ਟਾਈਮ ਇਹਨਾਂ ਨੇ ਰੱਖ ਲਿਆ ਹੈ ਚਲਦੇ ਹਾਂ ਜੀ ਅਗਲੀ ਖ਼ਬਰ ਦੇ ਉੱਤੇ ਰਾਜਤੌਦੀ ਚੀਤਾ ਦਾਂਸਰ ਦੇ ਨਾਲ ਸੰਬੰਧਿਤ ਖ਼ਬਰ ਹੈ ਇਹ ਜਿਹੜੀ ਸਕੀਮ ਹੈ ਜੀ ਸਰਕਾਰ ਨੇ ਇਸ ਕਰਕੇ ਸ਼ੁਰੂ ਕੀਤੀ ਸੀ ਤਾਂ ਕਿ ਕੁਝ ਲੋਕਾਂ ਦੀ ਜਿਹੜੀ ਮਦਦ ਇਸ ਦੇ ਥਰੂ ਕੀਤੀ ਜਾਵੇ ਪਰੰਤੂ ਜਦੋਂ ਕੋਈ ਸਰਕਾਰ ਚੰਗਾ ਕੰਮ ਕਰਦੀ ਹੈ ਤਾਂ ਕੁਝ ਲੋਕ ਇਹੋ ਜਿਹੇ ਹੁੰਦੇ ਹਨ ਜਿਹੜੇ ਉਸ ਚੀਜ਼ ਦਾ ਗਲਤ ਫਾਇਦਾ ਵੀ ਉਠਾਉਂਦੇ ਹਨ ਇਸ ਦੇ ਨਾਲ ਹੁੰਦਾ ਕੀ ਹੈ ਕਿ ਫਿਰ ਇਹ ਜਿਹੜੀ ਸਕੀਮ ਹੈ ਜੀ ਬੰਦ ਹੋਣ ਦੀ ਸੰਭਾਵਨਾ ਵੀ ਬਣ ਜਾਂਦੀ ਹੈ ਹੁਣ ਉਹ ਹੈ ਇਸ ਤਰ੍ਹਾਂ ਕਿ 20 ਮਿਲੀਅਨ ਯੂਰੋ ਜਿਹੜਾ ਹੈ ਜੀ ਇੱਕ ਘਟਾਲਾ ਹੋ ਚੁੱਕਾ ਹੈ ਸਿਟੀਜ਼ਨਸ਼ਿਪ ਇਨਕਮ ਦੇ ਉੱਤੇ ਰਹਿ ਤੋ ਦੀ ਚੀਤਾ ਦੀ ਨਾਂਸਾ ਦਿੱਤੇ ਇਥੇ ਵੀ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ 20 ਮਿਲੀਅਨ ਯੂਰੋ ਦਾ ਦੱਸਿਆ ਜਾਂਦਾ ਹੈ ਘਟਾਲਾ ਦੱਸਿਆ ਗਿਆ ਹੈ ਕਿ 60 ਮਿਲੀਅਨ ਯੂਰੋ ਤੱਕ ਵੀ ਘਟਾਲਾ ਪਹੁੰਚ ਸਕਦਾ ਹੈ ਇਹਦੇ ਵਿੱਚ ਜਿਹੜੇ 16 ਲੋਕ ਅਰੈਸਟ ਵੀ ਹੋਏ ਹਨ ਜਿਹੜੇ ਕਿ ਇੱਕ ਕ੍ਰਿਮੀਨਲ ਗਰੁੱਪ ਦੇ ਨਾਲ ਸਬੰਧਤ ਸਨ ਹੁਣ ਜਿਹੜੀ ਫਾਈਨੈਂਸ਼ੀਅਲ ਪੁਲਿਸ ਹੈ ਜੀ ਵਿਜੀਲੈਂਸ ਹੈ ਜਿਹੜੀ ਕਰਮੋਨਾ ਦੀ ਤਨਵਾਰਾ ਦੀ ਇਸ ਚੀਜ਼ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੀ ਹੈ ਬਾਕੀ ਜਿਹੜੇ ਵੀ ਲੋਕ ਹੁਣ ਇਹਦੇ ਵਿੱਚ ਗਲਤ ਨਾਮ ਦੇ ਉੱਤੇ ਜਾਂ ਗਲਤ ਤਰੀਕੇ ਦੇ ਨਾਲ ਜਿਹੜੀ ਇਹ ਸਕੀਮ ਸਰਕਾਰ ਤੋਂ ਲੈ ਰਹੇ ਜਿਹੜੀ ਮਦਦ ਲੈ ਰਹੇ ਨੇ ਇਹਦੇ ਵਿੱਚ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋਣ ਦੀ ਸੰਭਾਵਨਾ ਬਣ ਰਹੀ ਹੈ ਕਿਉਂਕਿ ਸਰਕਾਰ ਇਸ ਦੇ ਬਾਰੇ ਚੰਗੀ ਡਿਟੇਲ ਦੇ ਨਾਲ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਰਕਾਰ ਨੂੰ ਪਤਾ ਲੱਗ ਚੁੱਕਾ ਹੈ ਕਿ ਲੋਕ ਜਿਹੜੇ ਗਲਤ ਤਰੀਕੇ ਦੇ ਨਾਲ ਵੀ ਇਹ ਪੈਸੇ ਲੈ ਰਹੇ ਹਨ ਇਹਨਾਂ ਦੇ ਵਿੱਚੋਂ ਇੱਕ ਲੜਕੀ ਆਨਾ ਜਿਸ ਦਾ ਨਾਮ ਹੈ ਇਸ ਨੇ 2 ਸਾਲ ਦੇ ਵਾਸਤੇ ਜਿਹੜਾ ਕੰਮ ਨਹੀਂ ਕੀਤਾ ਤੇ ਜਿਹੜੀ ਕਿ ਆਪਣੀ ਡਿਸੇਬਿਲਿਟੀ ਪੈਨਸ਼ਨ ਜਿਹੜੀ ਹੁੰਦੀ ਹੈ ਜਿੱਦਾਂ ਕਿ ਵਿਕਲੰਗਤਾ ਵਾਲੀ ਪੈਨਸ਼ਨ ਜਿਹੜੀ ਕਿ 480 ਯੂਰੋਸ ਦੇ ਉੱਤੇ ਹੀ ਆਪਣੀ ਜਿਹੜਾ ਗੁਜ਼ਾਰਾ ਕਰ ਰਹੀ ਹੈ ਇਸਨੇ ਦੋ ਵਾਰ ਜਿਹੜੀ ਆਪਣੀ ਐਪਲੀਕੇਸ਼ਨ ਜਮਾ ਕਰਵਾਈ ਸੀ ਤੇ ਦੋ ਵਾਰ ਹੀ ਜਿਹੜਾ ਇਸ ਨੂੰ ਰਿਫਿਊਜ਼ ਕਰ ਦਿੱਤਾ ਗਿਆ ਹੈ ਹੁਣ ਹੋਰ ਵੀ ਲੋਕ ਜਿਹੜੇ ਬਹੁਤ ਹਨ ਇਸ ਤਰ੍ਹਾਂ ਜਿਹੜੇ ਘਟਾਲੇ ਵਗੈਰਾ ਹੋਏ ਹਨ ਕੋਈ ਲੋਕ ਇਹੋ ਜਿਹੇ ਵੀ ਹਨ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਤੇ ਉਹਨਾਂ ਦੇ ਨਾਮ ਦੇ ਉੱਤੇ ਜਿਹੜੀਆਂ ਪੈਨਸ਼ਨਸ ਵਗੈਰਾ ਚੱਲ ਰਹੀਆਂ ਹਨ ਬਾਕੀ ਦੇ ਉੱਤੇ ਜਿਹੜੀ ਸਰਕਾਰ ਹੈ ਜੀ ਬਹੁਤ ਜਲਦੀ ਜਿਹੜੀ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕਰੇਗੀ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਹੈ ਜੇ ਚੱਲ ਰਹੀ ਹੈ ਬਾਕੀ ਤੁਸੀਂ ਵੀਡੀਓ ਇਸ ਤੱਕ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਨੈਕਸਟ ਵੀਡੀਓ ਲੈ ਕੇ ਫਿਰ ਮਿਲ